ਸਵਾਗਤ ਆ ਦੋਸਤੋ ਆਜ਼ਾਦ ਡੈਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ 9780202513। ਅੱਜ ਦੀ ਵੀਡੀਓ ਦੋਸਤੋ ਗਿੱਲ ਕੋਠੇ ਨੇੜੇ ਨੂੰ ਸਹਿਣਾ ਪੈ ਜਾਂਦਾ, ਤਹਿਸੀਲ ਤਪਾ ਅਤੇ ਜ਼ਿਲ੍ਹਾ ਬਰਨਾਲਾ ਰਹਿਣ ਦਾ। ਅੱਜ ਦੀ ਵੀਡੀਓ ਵਿੱਚ ਤੁਹਾਨੂੰ 3 ਨਗ ਦਿਖਾਵਾਂਗੇ, ਜਰਸੀਆਂ ਦੇਖ ਸਕਦੇ ਹੋ। ਖਾਸ ਗੱਲ ਇਹ ਰਹਿਣ ਵਾਲੀ ਆ ਵੀ 3 ਦੇ ਮਗਰ ਵੱਛੀਆਂ ਅਤੇ 3 ਸੂਈਆਂ ਸਵਾਈਆਂ। ਡਿਟੇਲ ਆਪਾਂ ਪ੍ਰੋਪਰ ਬਾਈ ਤੋਂ ਲਵਾਂਗੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਕਰਾਂਗੇ, ਜਿਹੜੇ ਵੀਰ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗਦਾ ਘੰਟੀ ਦਾ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚੇ। ਅਤੇ ਫੇਸਬੁੱਕ 'ਤੇ ਦੇਖਣ ਵਾਲੇ ਫੇਸਬੁੱਕ 'ਤੇ ਫੋਲੋ ਕਰ ਲਓ। ਖਾਸ ਗੱਲ ਇਹ ਹੈ 3 ਸੂਈਆਂ ਸਵਾਈਆਂ, 2 ਡੰਗ ਤੁਸੀਂ ਦੁੱਧ ਚੋ ਸਕਦੇ ਹੋ, ਤਸੱਲੀ ਤੁਹਾਡੀ ਹੋ ਜੂਗੀ। ਬੱਚੀਆਂ ਮਗਰ ਆ, ਡਿਟੇਲ ਬਾਈ ਤੋਂ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਅਤੇ ਐਡਰੈਸ ਦੱਸ। ਹਾਂ ਜੀ, ਮਨਪ੍ਰੀਤ ਸਿੰਘ, ਪਿੰਡ ਗਿੱਲ ਕੋਠੇ ਨੇੜੇ ਸਹਿਣਾ ਪੈ ਜਾਂਦਾ ਜੀ, ਜ਼ਿਲ੍ਹਾ ਬਰਨਾਲਾ, ਤਹਿਸੀਲ ਤਪਾ ਜੀ। ਮੋਬਾਈਲ ਨੰਬਰ ਬੋਲ ਦਿਓ ਜੀ। 7598 ਜੀ 88352 ਜੀ। ਇੱਕ ਵਾਰੀ ਹੋਰ ਬੋਲ ਦਿਓ। 7598 ਜੀ 88352 ਜੀ। ਠੀਕ ਹੈ ਜੀ। ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹੂਗਾ ਥੱਲੇਲੇ ਪਾਸੇ। ਸ਼ੁਰੂ ਕਰ ਲਈਏ ਵੀ 1 ਨੰਬਰ ਤੋਂ ਇਧਰੋਂ, ਇਹਦੀ ਕੀ ਡਿਟੇਲ ਆ ਬਾਈ? ਇਹ ਦੂਜਾ ਸੂਆ ਸੂਈ ਹੈ ਜੀ। ਕਿੰਨਾ ਸਮਾਂ ਹੋ ਗਿਆ ਸੂਈ ਨੂੰ ਜੀ? ਇਹਨੂੰ ਅੱਜ 4 ਦਿਨ ਹੋ ਗਏ ਜੀ। 4 ਦਿਨ ਹੋ ਗਏ, ਠੀਕ ਹੈ ਜੀ। ਜੇਰ ਪੈ ਗਈ? ਜੇਰ ਦੀ ਗਾਰੰਟੀ ਹੈ ਜੀ। ਠੀਕ ਹੈ ਜੀ। ਤੇ ਹੁਣ ਦੁੱਧ ਕਿੰਨਾ? ਦੁੱਧ ਹੁਣ 16 ਲੀਟਰ ਤਿਆਰ ਹੈ ਜੀ। ਠੀਕ ਹੈ ਜੀ। ਭਾਵੇਂ ਕੋਈ 2 ਡੰਗ ਚੋਈ 4 ਚੋਲੀ ਜੀ। ਠੀਕ ਹੈ ਜੀ। ਹਾਂਜੀ। ਤੇ ਕੀ ਰਿਕਾਰਡ ਕੁੜ ਰਿਹਾ ਵੀ ਕਿੰਨਾ ਕੁ ਦੁੱਧ ਦੀ ਉਮੀਦ ਹੈ ਜੀ? ਦੁੱਧ 16-17 ਲੀਟਰ ਪਾ ਜੀ, ਪਲੂਨ ਨੈਗ ਤੇ 20 ਤੇ ਜਾਣ ਦੀ ਉਮੀਦ ਹੈ ਜੀ। ਠੀਕ ਹੈ ਜੀ, ਸਹੀ ਹੈ। ਇਸ ਵਕਤ ਜਾਨੀ ਕਿ 14 ਲੀਟਰ ਤਿਆਰ ਆ। 16 ਜੀ, 16 ਲੀਟਰ, 16 ਲੀਟਰ। ਠੀਕ ਹੈ ਜੀ। 20 ਦੇ ਬਾਗ ਵੀ ਜਾਊਗੀ, ਕੋਈ ਖਾਸ ਗੱਲ ਨਹੀਂ। ਅਜੇ ਪੰਜਵਾਂ ਤੇੜੀ ਬਣਦੇ ਜਾ ਜੀ ਇਹਨੂੰ ਸੂਈ ਨੂੰ। ਠੀਕ ਹੈ ਜੀ, ਸਹੀ ਹੈ। ਠੀਕ ਹੈ। ਮਗਰ ਵੱਛੀ ਹੈ? ਮਗਰ ਵੱਛੀ ਹੈ ਜੀ, 3 ਮਗਰ। ਠੀਕ ਹੈ, ਸਹੀ ਹੈ। ਤੋਰ ਕੇ ਦਿਖਾਓ ਦੇ ਮੜਾ। ਮਗਰ ਦੋਸਤੋ ਫੀਮੇਲ ਕਫ ਵੀ ਤੁਹਾਨੂੰ ਦਿਖਾਵਾਂਗੇ। ਦੂਜਾ ਸੂਆ ਸੂਈ ਹੋਈ ਹੈ, ਚੌਥਾ ਪੰਜਵਾਂ ਦਿਨ ਅੱਜ ਸੂਈ। ਪੰਜਵਾਂ ਹੋ ਗਿਆ ਜੀ ਅੱਜ। ਪੰਜਵਾਂ ਦਿਨ ਮੰਨ ਲਓ ਤੁਸੀਂ। ਤੇ 16 ਲੀਟਰ ਦੁੱਧ ਤਿਆਰ ਆ। 2 ਟਾਈਮ ਚਵਾਈ ਵਾਲਾ, ਭਾਵੇਂ ਤੁਸੀਂ 2 ਡੰਗ ਚੋਲੋ। ਬਾਕੀ ਕਿਸਾਨਾਂ ਦੇ ਸਹਿਬ ਵੀ ਸੋਹਣੇ, ਹਵਾਨਾ ਹੀ ਇਹਦਾ ਦੱਸਦਾ ਵੀ ਇੰਨਾ ਦੁੱਧ ਨੇ ਦੇ ਦੇਣਾ ਹੈਗਾ। ਬਾਕੀ ਉਮੀਦ ਆ ਬਾਈ ਇਹਦਾ 20 ਲੀਟਰ ਪਾ ਦੂ, ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਦਾ। ਜਿੱਦਾਂ ਕਿ ਇਹਦਾ ਹਵਾਨਾ ਦੱਸਦਾ, ਹਵਾਨੇ ਦਾ ਰੁੱਖ, ਇਹਨੂੰ ਦੁੱਧ ਪਾਉਣਾ ਵੀ ਚਾਹੀਦਾ ਹੈਗਾ। ਫੇਸ ਕੁਆਲਿਟੀ ਵੀ ਚੈੱਕ ਕਰ ਲਓ, ਕੱਦ ਕਾਠ ਵੀ ਜਰਸੀਆਂ ਦੇ ਹਿਸਾਬ ਨਾਲ ਠੀਕ ਆ। ਤੇ ਬਾਕੀ HF ਦੇ ਮੁਕਾਬਲੇ ਇਹਨਾਂ ਦਾ ਦੁੱਧ ਦੋਸਤੋ ਸੰਘਣਾ ਹੁੰਦਾ ਹੈਗਾ। ਤੁਸੀਂ ਬਾਕੀ ਹਵਾਨੇ ਤੋਂ ਜੱਜਮੈਂਟ ਕਰ ਹੀ ਲੈਣੀ ਆ ਵੀ ਕਿੰਨਾ ਕੁ ਦੁੱਧ ਲੈ ਸਕਦੇ ਆ। ਬਾਕੀ ਦੁੱਧ ਦੋਸਤੋ ਤੁਹਾਡੀ ਸੇਵਾ ਦਾ ਹੈਗਾ। ਥਾਣਾ ਦੇ ਸਾਈਡ ਤੁਹਾਨੂੰ ਦਿਖਾਉਂਦੇ, ਪਿੱਛੇ ਦੀ ਦੇ ਸਕਦੇ ਹੋ ਹਵਾਨਾ, ਉੱਪਰ ਤੋਂ ਲੈ ਕੇ ਥੱਲੇ ਤੀਕਰ, ਤੇ ਇੱਧਰ ਦੀ ਦੇਖ ਲਓ ਅਗਾੜੀ ਵੀ ਚੰਗੀ ਆ। ਬਾਕੀ ਖਾਸ ਗੱਲ ਹੋਰ ਕਰੀਏ ਵੀ ਥਾਣਾ 'ਚ ਤੁਹਾਨੂੰ ਵਿੱਚੀ ਵੀ ਚੰਗੀ ਮਿਲੂਗੀ ਅਤੇ ਹਵਾਨੇ ਅਤੇ ਨਾੜਾਂ ਵੀ ਤੁਸੀਂ ਚੈੱਕ ਕਰ ਸਕਦੇ ਹੋ। ਮਿਲਕ ਵੇਨ ਵੀ ਇੱਧਰ ਸਾਹਮਣੇ ਤੁਹਾਨੂੰ ਦਿਖਾ ਦੇਣੀ ਆ। ਮਗਰ ਜਿਹੜੀ ਬੱਚੀ ਆ ਫੀਮੇਲ ਕਾਫ ਆ, ਉਹ ਤੁਹਾਨੂੰ ਚੈੱਕ ਕਰਾ ਦਿੰਦੇ। ਫੀਮੇਲ ਕਾਫ ਚੈੱਕ ਕਰ ਲਓ। ਤੇ ਇਹਦਾ ਬਾਈ ਮੁੱਲ ਕੀ ਰਹਿਣਾ? ਮੁੱਲ ਇਹਦਾ 72,000 ਜੀ। 70 ਦੇ ਦਿਓ? ਹਾਂਜੀ। ਠੀਕ ਹੈ, ਮਾਨਤਾਨ ਹੋ ਜੂਗਾ? ਮਾਨਤਾਨ ਕਰ ਦਿੰਦੇ ਥੋੜਾ। ਠੀਕ ਹੈ, ਸਹੀ ਹੈ ਦੋਸਤੋ। ਮੁੱਲ 72,000 ਮਾਨਤਾਨ ਤੁਹਾਡਾ ਹੋ ਜੂਗਾ। ਬਸ ਉੱਧਰ ਲਾਉਣ ਦੀ ਖੇਚਲ ਦੋਸਤੋ ਤੁਸੀਂ ਕਰੋਗੇ, ਸੀਲ ਸਭ ਪਸੂ ਪੂਰਾ, ਕਿਉਂਕਿ ਕੈਮਰਾ ਆਪਾਂ ਕਲੋਜ਼ ਕਰਤਾ, ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਕਰ ਹੀ ਲੈਣਾ। ਅੱਗੇ ਚੱਲਦੇ ਬਾਈ, 2 ਨੰਬਰ ਬਾਈ, ਇਹਦੀ ਕੀ ਡਿਟੇਲ ਆ? ਇਹ ਦੂਜਾ ਸੂਆ ਜੀ। ਕਿੰਨਾ ਸਮਾਂ ਹੋ ਗਿਆ ਸੂਈ ਨੂੰ? ਇਹਨੂੰ 2 ਦਿਨ ਹੋ ਗਏ ਜੀ। ਜੇਰ ਪੈ ਗਈ ਬਾਈ? ਜੇਰ ਦੀ ਗਾਰੰਟੀ ਹੈ ਜੀ। ਠੀਕ ਹੈ, ਸਹੀ ਹੈ। ਤੇ ਕਿੰਨਾ ਹੁਣ ਬੋਲਾ ਮੰਨ ਲਗਾ? ਬੋਲਾ 10 ਲੀਟਰ ਤਿਆਰ ਹੈ ਜੀ। 2 ਡੰਗ ਚੋਣ ਵਾਲਾ? ਚਾਹੇ 4 ਚੋਣੇ ਜੀ। ਠੀਕ ਹੈ ਜੀ, ਆਹ ਵੱਛੀ ਹੈ ਜੀ? ਆਹ ਵੱਛੀ ਹੈ ਜੀ। ਠੀਕ ਹੈ ਜੀ। ਤੇ ਇੱਕ ਬਾਈ ਹੋਰ ਗੱਲ, ਤੇ ਆਪਾਂ ਨੂੰ ਸੀਮਨ ਰਿਕਾਰਡ ਪਤਾ ਵੀ ਬੱਚੀਆਂ ਕਿਹੜੇ ਸੀਮਨ ਨਾਲ? ਨਹੀਂ, ਉਹ ਕੋਈ ਪਤਾ ਨਹੀਂ, ਗੱਪ ਮਾਰਨ ਦਾ ਕੀ ਫਾਇਦਾ ਜੀ। ਠੀਕ ਹੈ ਜੀ, ਸਹੀ ਹੈ। ਹਾਂਜੀ, ਠੀਕ ਹੈ। ਤੇ ਦੁੱਧ 10 ਲੀਟਰ 2 ਡੰਗ ਚੋਣ ਵਾਲਾ, ਤੇ ਥਣਾ ਦੀ ਕਿਵੇਂ ਬਾਈ? ਥਣਾ ਦੀ 1 ਨੰਬਰ ਆ ਜੀ। ਠੀਕ ਹੈ, ਉਹ ਸੁਭਾ ਕਿਵੇਂ ਆ? ਠੰਡਾ ਸੀਲ ਆ ਜੀ। ਠੰਡਾ ਸੀਲ ਤੋਰ ਦੋ ਜੀ। ਸੂਆ ਕਿਹਨੂੰ ਦੱਸਿਆ ਬਾਈ? ਦੂਜਾ ਜੀ, ਦੂਜਾ ਸੂਆ। ਠੀਕ ਹੈ ਦੋਸਤੋ, ਦੂਜਾ ਸੂਆ ਸੂਈ ਹੋਇਆ, ਮਗਰ ਵੱਛੀ ਆ। ਵੱਛੀ ਤੁਸੀਂ ਦੇ ਸਕਦੇ ਹੋ, ਵੱਛੀ ਵੀ ਚੰਗੀ ਆ। ਫੀਮੇਲ ਕਾਫ 10 ਲੀਟਰ ਦੁੱਧ ਤਿਆਰ ਆ ਦੋਨਾਂ ਡੰਗਾਂ ਨਾਲ। ਭਾਵੇਂ ਤੁਸੀਂ 2 ਟਾਈਮ ਚਵਾਈ ਕਰ ਲਓ, ਥਾਣਾ ਦੇ ਸਹਿਜ ਵੀ ਸੋਹਣੇ ਆ। ਬਾਕੀ ਤਾਂ ਹਵਾਨਾ ਹੀ ਦੱਸਦਾ ਵੀ ਇੰਨਾ ਕੁ ਦੁੱਧ ਨੇ ਪਾ ਦੇਣਾ ਹੈਗਾ।
ਬਾਕੀ ਜਿੰਨੀ ਤੁਸੀਂ ਸੇਵਾ ਕਰ ਲੋਗੇ, ਚੰਗੀ ਸੇਵਾ ਕਰ ਲੋਗੇ ਤਾਂ ਚੰਗਾ ਦੁੱਧ ਪਾਜੂਗੀ, ਜੇ ਨਾ ਸੇਵਾ ਕਰੋਗੇ ਤਾਂ ਫਿਰ ਉਹ ਵੀ ਦੁੱਧ ਨੇ ਕੀ ਦੇਣਾ ਹੈਗਾ। ਥਾਣਾ ਦੱਸਿਆ ਤੁਹਾਨੂੰ ਨੇੜੇ ਤੋਂ ਵੀ ਦਿਖਾਉਂਦੇ, ਹਵਾਨਾ ਚੈੱਕ ਕਰ ਲਓ ਤੇ ਸੀਲ ਸਭ ਦਾ ਵੀ ਤੁਹਾਨੂੰ ਪਤਾ ਲੱਗ ਗਈ ਹੈ, ਹਵਾਨਾ ਤੁਹਾਨੂੰ ਇੱਧਰ ਦੀ ਵੀ ਦਿਖਾ ਰਹੇ ਹਾਂ, ਅੱਗੇ ਦੀ ਵੀ ਚੈੱਕ ਕਰ ਲਓ। ਕੋਸ਼ਿਸ਼ ਰਹੂਗੀ ਵੀ ਸਾਰੇ ਐਂਗਲਾਂ ਤੋਂ ਦਿਖਾਉਣੇ, ਜਰਸਿੰਗ ਦੇ ਹਿਸਾਬ ਨਾਲ ਕੱਦ ਕੱਟ ਠੀਕ ਆ, ਫੇਸ ਕੁਆਲਿਟੀ ਵੀ ਚੈੱਕ ਕਰ ਲਓ। ਤੇ ਮੁੱਲ ਬਈ ਇਹਦਾ ਕੀ ਰਹਿਣਾ ਲੱਗਾ? 50,000 ਕਿੰਨਾ ਬਈ? 50,000 50,000 ਮਾਨਤਾਨ ਹੋ ਜੂਗਾ, ਮਾਨਤਾਨ ਕਰ ਦੇ ਠੀਕ ਆ। ਸਹੀ ਹੈ ਮੁੱਲ ਦੋਸਤੋ, 50,000 ਡਿਮਾਂਡ ਆ, ਮਾਨਤਾਨ ਤੁਹਾਡਾ ਹੋ ਜੂਗਾ। ਨੰਬਰ ਬਈ ਦਾ ਥੱਲੇ ਚੱਲੂਗਾ ਸਕਰੀਨ ਤੇ। ਮਗਰ ਵੱਛੀ ਬਹੁਤ ਚੰਗੀ ਹੈ ਦੋਸਤੋ, ਵੱਛੀ ਦੀ ਚੰਗੀ ਸਾਂਭ ਸੰਭਾਲੋ ਜੇ ਵੱਛੀਆਂ ਤਿੰਨਾਂ ਮਗਰੀ ਚੰਗਾ। ਇਹਦੀ ਕੀ ਡਿਟੇਲ ਆ ਬਈ? ਇਹ ਦੂਜਾ ਸੂਆ ਜੀ। ਕਿੰਨਾ ਸਮਾਂ ਹੋ ਗਿਆ ਸੂਈ ਨੂੰ? ਇਹਨੂੰ ਪੰਜਵਾਂ ਦੇਣਾ ਜੀ ਅੱਜ। ਪੰਜਵਾਂ ਦੇਣਾ? ਕਿੰਨਾ ਦੁੱਧ? ਦੁੱਧ 14 ਲੀਟਰ ਤਿਆਰ ਹੈ ਜੀ। 14 ਲੀਟਰ ਨੇ? ਹਾਂ, ਥੋੜੀ ਜਿਹੀ ਲੱਸੀ ਪੈਂਦੀ ਹੈ, ਸੇਵਾ ਘੱਟ ਸੀ ਹੁੰਦੀ ਹੈ। ਠੀਕ ਹੈ, ਕਿੰਨਾ ਦੁੱਧ ਪਾ ਜੂਗੀ ਮੀਤ? ਕੁਝ ਦੁੱਧ 15-16 ਲੀਟਰ ਪਾ ਦੂਗੀ ਜੀ। ਠੀਕ ਹੈ, ਸਹੀ ਹੈ। ਕਿੰਨਾ ਸਮਾਂ ਦੱਸਿਆ ਸੂਈ ਨੂੰ? ਇਹਨੂੰ 5 ਦਿਨ ਹੋ ਗਏ ਜੀ। 5 ਦਿਨ? ਠੀਕ ਹੈ ਜੀ। ਤੋਰ ਦੋ ਤੇ ਮਗਰ ਇਹਦੀ ਬੱਚੀ ਆ? ਬੱਸੀ ਆ ਜੀ, ਕੱਦ ਘਾਟ ਬਹੁਤ ਆ, ਬਸ ਕੱਲੀ ਥੋੜੀ ਜਿਹੀ ਬੰਦਿਆਂ ਦੀ ਸੇਵਾ ਘੱਟ ਸੀ। ਠੀਕ ਆ, ਸਹੀ ਆ। ਉਸ ਵੱਛੀ ਚੈੱਕ ਕਰ ਲਓ, ਵੱਛੀ ਦਾ ਕੱਦ ਘਾਟ ਵੀ ਚੰਗਾ ਹੈਗਾ। 5ਵਾਂ ਦਿਨ ਸੂਈ ਨੂੰ ਫੇਸ ਕੁਆਲਿਟੀ ਵੀ ਚੈੱਕ ਕਰਨੇ, ਕੱਦ ਘਾਟ ਵੀ ਸੋਹਣਾ ਹੈਗਾ, ਥੋੜੀ ਜਿਹੀ ਲੱਸੀ ਜ਼ਰੂਰ ਆ, ਕੱਦ ਘਾਟ ਵਾਕਈ ਸੋਹਣਾ ਹੈਗਾ। 14 ਲੀਟਰ ਦੁੱਧ ਤਿਆਰ ਆ ਨੈਟ, ਭਾਵੇਂ ਤੁਸੀਂ 2 ਟਾਈਮ ਚਵਾਈ ਕਰ ਲਓ। ਬਾਕੀ ਦੋਸਤੋ ਸੂਈਆਂ ਸੁਵਾਈਆਂ ਹੈਗੀਆਂ, ਦੁੱਧ ਤੁਹਾਡੇ ਸਾਹਮਣੇ ਆ ਜਾਣਾ ਹੈਗਾ। ਖਾਸ ਗੱਲ ਇਹ ਜਿਵੇਂ ਆਪਾਂ ਦੱਸੀਏ ਵੀ ਮਗਰ ਵੱਛੀਆਂ, ਦੂਜਾ ਸੂਆ 15-16 ਦੀ ਉਮੀਦ ਆ ਵੀ ਦੁੱਧ ਪਾ ਜੂ। 5ਵੇਂ ਦਿਨ ਅੱਜ 14 ਲੀਟਰ ਦੁੱਧ ਤਿਆਰ ਆ। ਥਾਣਾ ਦੇ ਸਿਆਹੀ ਵੀ ਸੋਹਣੇ ਹੱਥੀ ਚਵਾਈ ਦਾ ਮੁੱਠੀ ਵਾਲਾ ਥਾਣਾ ਦੇਖ ਸਕਦੇ, ਕੱਲਾ ਕੱਲਾ ਨਿਖੜਵਾ, ਕੋਈ ਫੋਟ ਛਾਂਗ ਨਹੀਂ। ਅੱਗੇ ਵੀ ਥਾਣਾ ਹਵਾਨਾ ਚੰਗਾ, ਹਵਾਨੇ ਦੀ ਤੱਕ ਪਿੱਛੇ ਤੋਂ ਵੀ ਤੁਹਾਨੂੰ ਹਵਾਨਾ ਦਿਖਾ ਦਿੰਦੇ ਹਾਂ। ਬਾਕੀ ਦੋਸਤੋ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ, ਜਿੰਨੀ ਤੁਸੀਂ ਸੇਵਾ ਕਰ ਲਓਗੇ ਉਹਨਾਂ ਦੁੱਧ ਤੁਸੀਂ ਲੈ ਸਕਦੇ ਹੋ। ਲਓ ਜੀ, ਇੱਧਰ ਦੀ ਵੀ ਚੈੱਕ ਕਰ ਲਓ, ਥਾਣਾ 'ਚ ਵਿੱਤੀ ਵੀ ਚੰਗੀ ਤੁਹਾਨੂੰ ਦਿਖਦੀ ਹੋਣੀ ਆ। ਵੱਛੀ ਵੀ ਦਿਖਾ ਦਿਓ, ਵੱਛੀ ਦੋਸਤੋ ਵਾਕਈ ਚੰਗੀ ਹੈ, ਵੱਛੀ ਦੇਖ ਸਕਦੇ ਹੋ, ਵੱਛੀ ਦਾ ਕੱਦ ਕਾਠ। ਤੇ ਮੁੱਲ ਬਈ ਇਹਦਾ ਕੀ ਰਹਿਣਾ ਲੱਗਾ? ਇਹਦਾ 50,000 ਜੀ। 50,000? ਹਾਂਜੀ। ਮਾਨਤਾਨ ਹੋ ਜੂਗਾ? ਮਾਨਤਾਨ ਕਰਦਾ। ਠੀਕ ਹੈ, ਸਹੀ ਹੈ। ਥੋੜਾ ਬਹੁਤਾ ਮਾਨਤਾ ਰੱਖਣਾ ਬਸ, ਜਾਇਜ਼ ਹੀ ਰੇਟ ਆਪਣਾ। ਠੀਕ, ਵੀ ਬਾਹਲਾ ਕੋਈ ਕਿਸਾਨ ਵਾਲਾ ਵਿੱਚ ਨਾ ਪਵੇ ਹੁੰਦਾ। ਠੀਕ ਹੈ, ਸਹੀ ਹੈ। ਤੇ ਜੇ ਬਈ ਕੋਈ ਜਰਸੀਆਂ ਦੇ ਸਕੀਨ ਕੋਈ ਜੋੜੇ ਦੀ ਡਿਮਾਂਡ ਕਰਦਾ, ਫਿਰ ਉਸ ਹਿਸਾਬ ਨਾਲ ਉਹਦਾ ਥੋੜਾ ਪੂਰਾ ਵੱਧ ਕਰ ਦਾਂਗੇ ਆਪਾਂ। ਠੀਕ ਹੈ, ਸਹੀ ਹੈ ਦੋਸਤੋ। ਖਾਸ ਗੱਲ ਆਪਾਂ ਫੇਰ ਰੇਟ ਖਿੱਚ ਕੇ ਰੱਖ ਦਿੰਦੇ ਜੀ ਆਪਾਂ। ਠੀਕ ਹੈ, ਹਾਂ। ਖਾਸ ਗੱਲ ਇਹੀ ਹੈ ਦੋਸਤੋ, ਜਿਵੇਂ ਆਪਾਂ ਗੱਲ ਕੀਤੀ ਤਿੰਨੇ ਸੂਈਆਂ ਸਵਾਈਆਂ, ਤੇ ਖਾਸ ਗੱਲ ਤਿੰਨਾਂ ਮਗਰ ਬੱਚੀਆਂ, ਜੇ ਕਿਸੇ ਪਾਰਲਰ ਵਾਲੇ ਵੀਰਾਂ ਨੇ ਲੈਣੀਆਂ ਵੀ ਬੱਚੀਆਂ ਵੀ ਮਗਰ ਚੰਗੀਆਂ ਤਿਆਰ ਹੋ ਜਾਣਗੀਆਂ। ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ, ਅੱਜ ਦੀ ਵੀਡੀਓ ਵਿੱਚ ਤੁਹਾਨੂੰ 3 ਨਗ ਮਿਲ ਜਾਣਗੇ। ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਫੋਲੋ ਕਰ ਦਿਓ। ਵੀਡੀਓ ਦੇਖਣ ਲਈ ਧੰਨਵਾਦ ਦੋਸਤੋ ਤੁਹਾਡਾ।